13ਵੀਂ ਕਹਾਣੀ ਇਜ਼ਰਾਈਲੀ ਲੋਕਾਂ ਸੋਗੀ ਪਰਮਾਤਮੇ ਦਾ ਵਾਅਦਾ। ਪਰਮਾਤਮਾ ਇਜ਼ਰਾਈਲੀ ਲੋਕਾਂ ਜੋ ਲਾਲ ਸਮੁੰਦਰੇ ਪਾਰ ਕਰਵਾਇਆ, ਤਾਲੂ ਪਰਮਾਤਮਾ ਤਿਨਾਂ ਜੋ ਜੰਗਲੇ ਤੇ ਹੋਈ ਕਰੀ ਸੀਨੇ ਪਹਾੜੇ ਪਰ ਲਈ ਗਿਆ। ਉੱਥੋਂ ਤਿਨਾਂ ਇਸ ਪਹਾੜੇ ਪੱਖੇ ਰਹਿਣੇ ਤਾਈਂ ਤੰਬੂ ਬਣਾਈ ਦਿੱਤੇ। ਪਰਮਾਤਮਾ ਮੂਸਾ ਨੇ ਕਨੇ ਸਾਰੇ ਇਜ਼ਰਾਈਲੀ ਲੋਕਾਂ ਨੇ ਗਲਾਇਆ, ਤੁਹਾਂ ਹਮੇਸ਼ਾ ਮੇਰੀਆਂ ਗੱਲਾਂ ਦਾ ਪਾਲਣ ਕਰਨਾ ਹੈ, ਕਨੇ ਜਿਹੜਾ ਵਾਅਦਾ ਮੈਂ ਤੁਹਾਂ ਸੋਗੀ ਕੀਤਿਆ ਹੈ ਇਸ ਪਰ ਬਣੀ ਰਹਿੰਦੇ ਹੋ। ਜੇ ਤੁਹਾਂ ਇਹ ਕਰਗੇ ਤਾਂ ਤੁਹਾਂ ਮੇਰੇ ਖਾਸ ਲੋਕ ਹੋਵੋਗੇ। ਇਹ ਸਾਰੀ ਧਰਤੀ ਮੇਰੀ ਹੈ, ਕਨੇ ਤੁਹਾਂ ਮੇਰੀਆਂ ਨਜ਼ਰਾਂ 'ਚ ਯਾਜਕਾਂ ਦਾ ਰਾਜ, ਕਨੇ ਇੱਕ ਪਵਿੱਤਰ ਜਾਤੀ ਬਣ ਗਏ। ਪਰਮਾਤਮੇ ਦੇ ਜ਼ਰੀਏ ਤਿਨਾਂ ਅਲੀ ਆਉਣੇ ਤਾਈਂ ਲੋਕਾਂ 3 ਦਿਨ ਤਿਕਰ ਆਪੂ ਜੋ ਤਿਆਰ ਕੀਤਾ। ਜਾਲੂ ਪਰਮਾਤਮਾ ਸੀਨੇ ਪਹਾੜੇ ਪਰ ਆਇਆ ਤਾਂ ਅੰਬਰ ਗਰਜਣਾ ਕਨੇ ਬਿਜਲੀ ਚਮਕਣਾ ਲੱਗੀ, ਕਨੇ ਪਹਾੜੇ ਪਰ ਕਾਲੇ ਬੱਦਲ ਛਾਈ ਗਏ, ਕਨੇ ਤਰੂਈਆਂ ਦੀ ਜੋਰੇ ਨੇ ਆਵਾਜ਼ ਆਈ। ਸਿਰਫ ਮੂਸੇ ਜੋ ਹੀ ਪਹਾੜੇ ਪਰ ਆਉਣੇ ਦੀ ਇਜਾਜ਼ਤ ਦਿੱਤੀ। ਤਾਲੂ ਪਰਮਾਤਮਾ ਲੋਕਾਂ ਨੇ ਇੱਕ ਵਾਅਦਾ ਕੀਤਾ, ਕਨੇ ਗਲਾਇਆ ਮੈਂ ਤੁਹਾਂ ਦਾ ਪਰਮਾਤਮਾ ਯਹੋਵਾ ਹੈ, ਮੈਂ ਹੀ ਹੈ ਜਿੰਨੀ ਤੁਹਾਂ ਜੋ ਮਿਸਰ ਦੇਸ਼ ਦੀ ਗੁਲਾਮੀ ਤੇ ਕੱਢੀ ਕਰੀ ਲਈ ਆਇਆ ਹੈ, ਕਨੇ ਮਿੰਜੋ ਛੱਡੀ ਕਰੀ ਤੁਸੀਂ ਦੂਏ ਦੇਵਤੇ ਦੀ ਆਰਾਧਨਾ ਮਤ ਕਰਦੇ। ਤੂੰ ਆਪਣੇ ਤਾਈਂ ਕੋਈ ਮੂਰਤੀ ਮਤ ਬਣਾਉਣਾ, ਨਾ ਤਿਨਾਂ ਦੀ ਭਗਤੀ ਕਰਨਾ, ਕਜੋ ਕਿ ਮੈਂ ਤੇਰਾ ਪਰਮਾਤਮਾ ਯਹੋਵਾ ਜਲ ਨ ਰੱਖਣੇ ਵਾਲਾ ਪਰਮਾਤਮਾ ਹੈ। ਤੂੰ ਆਪਣੇ ਪਰਮਾਤਮੇ ਦਾ ਨਾਂ ਬੇਕਾਰ ਮਤ ਲੈਂਦਾ। ਤੂੰ ਵਿਸਰਾਮ ਦਿਨੇ ਜੋ ਪਵਿੱਤਰ ਮਨਾਉਣੇ ਤਾਈਂ ਯਾਦ ਰੱਖਣਾ। ਤੂੰ 6 ਦਿਨ ਮਿਹਨਤ ਕਰੀ ਨੇ ਆਪਣੇ ਸਾਰੇ ਕੰਮ ਕਰਨਾ। 7ਵਾਂ ਦਿਨ ਤੁਹਾਂ ਤਾਈਂ ਵਿਸਰਾਮ ਕਰਨੇ ਦਾ ਦਿਨ ਹੋਊਗਾ, ਕਨੇ ਇਸ ਦਿਨ ਤੁਹਾਂ ਸਿਰਫ ਮੇਰੀ ਭਗਤੀ ਕਰਨਾ। ਤੂੰ ਆਪਣੇ ਮਾਂ ਬੁੜੇ ਦਾ ਆਦਰ ਕਰਿਆ। ਤੂੰ ਕੁਸੀ ਦਾ ਖੂਨ ਮਤ ਕਰਨਾ, ਤੂੰ ਵਿਵਚਾਰ ਮਤ ਕਰਨਾ, ਨਾ ਚੋਰੀ ਕਰਨਾ। ਤੂੰ ਕੁਸੀ ਦੇ ਖਿਲਾਫ਼ ਝੂਠੀ ਗਵਾਹੀ ਮਤ ਦਿੰਦਾ। ਤੂੰ ਕੁਸੀ ਦੇ ਵੀ ਘਰੇ ਦਾ ਲਾਲਚ ਮਤ ਕਰਨਾ। ਇਸਦਾ ਮਤਲਬ ਇਹ ਹੈ ਕਿ ਪੜੇਸੀ ਦੀ ਲਾੜੀਏ ਦਾ, ਇਸਦੇ ਘਰੇ ਦਾ, ਇਸ ਦੀਆਂ ਚੀਜ਼ਾਂ ਦਾ ਲਾਲਚ ਮਤ ਕਰਦਾ। ਪਰਮਾਤਮਾ ਇਹ 10 ਹੁਕਮ ਪੱਥਰੇ ਦੀਆਂ 2 ਪੱਟੀਆਂ ਪਰ ਲਿਖੀ ਕਰੀ ਮੂਸਾ ਜੋ ਦਿੱਤੇ। ਪਰਮਾਤਮਾ ਲੋਕਾਂ ਜੋ ਪਾਲਣ ਕਰਨੇ ਤਾਈਂ ਹੋਰ ਵੀ ਮਤੇ ਨਿਯਮ ਕਨੇ ਕਾਨੂੰਨ ਦਿੱਤੇ। ਫਿਰ ਹੀ ਪਰਮਾਤਮਾ ਗਲਾਇਆ ਜੈਸਾ ਲੋਕ ਇਹਨਾਂ ਨਿਯਮਾਂ ਕਨੇ ਕਾਨੂੰਨਾਂ ਦਾ ਪਾਲਣ ਕਰਗੇ ਤਾਂ ਪਰਮਾਤਮਾ ਆਪਣੇ ਵਾਅਦੇ ਦੇ ਮੁਤਾਬਕ ਇਹਨਾਂ ਜੋ ਆਸੀਸ ਦੇਗਾ। ਪਰਮਾਤਮਾ ਇਹ ਵੀ ਗਲਾਇਆ ਕਿ ਜੈਸਾ ਇਹਨਾਂ ਨਿਯਮਾਂ ਕਾਨੂੰਨਾਂ ਦਾ ਪਾਲਣ ਨਹੀਂ ਕਰਗੇ ਤਾਂ ਸਹਿ ਸਜ਼ਾ ਦੇ ਹੱਕਦਾਰ ਹੋਣਗੇ। ਪਰਮਾਤਮਾ ਇਜ਼ਰਾਈਲੀ ਲੋਕਾਂ ਜੋ ਇੱਕ ਵੱਡਾ ਤੰਬੂ ਬਣਾਉਣੇ ਤਾਈਂ ਵੀ ਗਲਾਇਆ। ਇਸ ਤੰਬੂਏ ਜੋ ਮਿਲਾਪ ਵਾਲਾ ਤੰਬੂ ਗਲਾਇਆ। ਪਰਮਾਤਮਾ ਤਿਨਾਂ ਜੋ ਠੀਕ ਠੀਕ ਦੱਸਿਆ ਕਿ ਇਸ ਤੰਬੂਏ ਜੋ ਕਿਆਂ ਬਣਾਉਣਾ ਹੈ, ਕਨੇ ਇਸਦੇ ਅੰਦਰ ਕੁਣਾ ਚੀਜ਼ਾਂ ਜੋ ਰੱਖਣਾ ਹੈ। ਪਰਮਾਤਮਾ ਤਿਨਾਂ ਜੋ ਗਲਾਇਆ ਕਿ ਇਸ ਤੰਬੂਏ ਦੇ 2 ਕਮਰੇ ਬਣਾਉਣੇ ਤਾਈਂ ਇੱਕ ਵੱਡਾ ਪਰਦਾ ਲਗਾਈ ਦਿਆ। ਸਿਰਫ ਮਹਾਯਾਜਕੇ ਜੋ ਹੀ ਤਿਨਾਂ ਕਮਰਿਆਂ 'ਚ ਜਾਣੇ ਦੀ ਇਜਾਜ਼ਤ ਸੀ, ਕਿਉਂਕਿ ਪਰਮਾਤਮਾ ਤਿਸ 'ਚ ਰਹਿੰਦਾ ਥਾ। ਤਿਨਾਂ ਲੋਕਾਂ ਜੋ ਇਹ ਵੀ ਗਲਾਇਆ ਕਿ ਇਸ ਵੱਡੇ ਤੰਬੂਏ 'ਚ ਇੱਕ ਬੇਦੀ ਬਣਾ। ਇਹ ਇਸ ਤਾਈਂ ਬਣਾਈ ਕਿ ਜਿਹੜਾ ਕੋਈ ਪਰਮਾਤਮੇ ਦੇ ਨਿਯਮ ਕਨੇ ਕਾਨੂੰਨਾਂ ਦਾ ਪਾਲਣ ਨਹੀਂ ਕਰਗਾ, ਸਹਿ ਆਪਣੇ ਪਾਪਾਂ ਦੀ ਮਾਫ਼ੀ ਤਾਈਂ ਤਿਸਾ ਬੇਦੀ ਪਰ ਇੱਕ ਜਾਨਵਰੇ ਦਾ ਬਲੀਦਾਨ ਪਰਮਾਤਮੇ ਤਾਈਂ ਲਿਆਉਂਗਾ। ਤਾਲੂ ਇੱਕ ਯਾਜਕ ਤਿਸ ਦੀ ਬਲੀ ਦੇਂਗਾ, ਕਨੇ ਬੇਦੀ ਪਰ ਤਿਸੀ ਫੂਕੀ ਦੇਂਗਾ। ਪਰਮਾਤਮਾ ਗਲਾਇਆ ਕਿ ਇਸ ਜਾਨਵਰੇ ਦਾ ਖੂਨ ਇਸ ਮਾਣੂਏ ਦੇ ਪਾਪਾਂ ਜੋ ਧੋਈ ਦੇਂਗਾ। ਫਿਰ ਪਰਮਾਤਮਾ ਇਸ ਦੇ ਪਾਪੇ ਜੋ ਨਹੀਂ ਦਿਖਗਾ,
ਸਹਿ ਮਾਣੂ ਪਰਮਾਤਮੇ ਦੀ ਨਜ਼ਰਾਂ 'ਚ ਸ਼ੁੱਧ ਹੋਊਗਾ। ਪਰਮਾਤਮੇ ਮੂਸਾ ਦੇ ਭਾਉ ਹਾਰੂਨੇ ਜੋ ਕਨੇ ਹਾਰੂਨੇ ਦੇ ਬੰਸੇ ਜੋ ਆਪਣਾ ਯਾਜਕ ਹੋਣੇ ਤਾਈਂ ਚੁਣਿਆ। ਸਾਰੇ ਲੋਕਾਂ ਤਿੰਨਾਂ ਨਿਯਮ ਕਨੇ ਕਾਨੂੰਨਾਂ ਦਾ ਪਾਲਣ ਕੀਤਾ ਜਿਹੜੇ ਪਰਮਾਤਮਾ ਤਿੰਨਾਂ ਜੋ ਦਿੱਤੇ ਥੇ। ਸਹਿ ਸਿਰਫ ਪਰਮਾਤਮੇ ਦੇ ਲੋਕ ਹੋਣੇ ਤਾਈਂ ਕਨੇ ਪਰਮਾਤਮੇ ਦੀ ਆਰਾਧਨਾ ਕਰਨੇ ਤਾਈਂ ਰਾਜੀ ਹੋਈ ਗਏ। ਪਰਮਾਤਮਾ ਵਾਅਦਾ ਕਰਨੇ ਦੇ ਕੁਛ ਵਕਤ ਬਾਅਦ ਤਿੰਨਾਂ ਬੜੇ ਬੁਰੇ ਪਾਪ ਕੀਤੇ। ਮਤੇ ਦਿਨ ਤਿਕਰ ਮੂਸਾ ਸੀਨੇ ਪਹਾੜੇ ਪਰ ਪਰਮਾਤਮੇ ਨੇ ਗੱਲਾਂ ਕਰਦਾ ਰਿਹਾ। ਅਪਰ ਲੋਕ ਮੂਸਾ ਦੇ ਵਾਪਸ ਆਉਣੇ ਦਾ ਇੰਤਜ਼ਾਰ ਕਰਦੇ ਕਰਦੇ ਥੱਕੀ ਗਏ। ਇਸਾ ਵਜ੍ਹਾ ਤੇ ਸਹਿ ਹਾਰੂਨੇ ਅਲੀ ਸੋਨਾ ਲਈ ਆਏ ਕਨੇ ਤਿਸੀਓ ਇੱਕ ਮੂਰਤੀ ਬਣਾਉਣੇ ਤਾਈਂ ਗਲਾਇਆ ਤਾਂ ਕਿ ਸਹਿ ਪਰਮਾਤਮੇ ਦੀ ਜਗ੍ਹਾ ਪਰ ਤਿਸਾ ਮੂਰਤੀਆਂ ਦੀ ਭਗਤੀ ਕਰੀ ਸਕਣ। ਇਸ ਤਰੀਕੇ ਤਿੰਨਾਂ ਬੜਾ ਬੁਰਾ ਪਰਮਾਤਮੇ ਦੇ ਖਿਲਾਫ ਪਾਪ ਕੀਤਾ। ਹਾਰੂਨੇ ਸੋਨੇ ਦੀ ਬਛੂਏ ਦੀ ਮੂਰਤੀ ਬਣਾਈ। ਫਿਰ ਲੋਕ ਤਿਸਾ ਮੂਰਤੀਆਂ ਦੀ ਭਗਤੀ ਕਰਨ ਲੱਗੀ ਪਏ ਕਨੇ ਤਿਸਾ ਮੂਰਤੀਆਂ ਸਾਹਮਣੇ ਬਲੀ ਚੜਾਉਣਾ ਲੱਗੇ। ਤਿੰਨਾਂ ਦੇ ਪਾਪਾਂ ਦੀ ਵਜ੍ਹਾ ਤੇ ਪਰਮਾਤਮਾ ਤਿੰਨਾਂ ਪਰ ਬੜਾ ਗੁੱਸਾ ਹੋਇਆ ਕਨੇ ਤਿੰਨਾਂ ਜੋ ਨਾਸ ਕਰੀ ਦੇਣਾ ਚਾਹੁੰਦਾ ਥਾ। ਅਪਰ ਮੂਸੈ ਪਰਮਾਤਮੇ ਨੇ ਪ੍ਰਾਰਥਨਾ ਕੀਤੀ ਕਨੇ ਪਰਮਾਤਮਾ ਤਿਸ ਦੀ ਪ੍ਰਾਰਥਨਾ ਜੋ ਸੁਣਿਆ ਕਨੇ ਤਿੰਨਾਂ ਜੋ ਨਾਸ ਨਹੀਂ ਕੀਤਾ। ਇਸ ਤੇ ਬਾਅਦ ਮੂਸਾ ਸੀਨੇ ਪਹਾੜੇ ਤੇ ਲੋਹੀ ਆਇਆ ਕਨੇ ਤਿੰਨੀ ਤਿਸਾ ਮੂਰਤੀਆਂ ਜੋ ਦਿਖਿਆ ਤਾਂ ਸਹਿ ਤਿਸਾ ਮੂਰਤੀਆਂ ਜੋ ਦਿਖੀ ਕਰੀ ਬੜਾ ਗੁੱਸਾ ਹੋਇਆ ਕਨੇ ਜਿਹੜੀਆਂ ਮੂਸੈ ਪੱਥਰੇ ਦੀਆਂ ਦੋ ਪੱਟੀਆਂ ਪਕੜੀਆਂ ਥੀਆਂ ਤਿੰਨਾਂ ਜੋ ਤਿੰਨੀ ਪਹਾੜੇ ਤੇ ਸੱਟੀ ਕਰੀ ਤੋੜੀ ਦਿੱਤਾ। ਕਜੋ ਕਿ ਜਿਹੜਾ ਤਿੰਨਾਂ ਲੋਕਾਂ ਕੀਤਾ ਸਹਿ ਪਰਮਾਤਮੇ ਦੇ 10 ਹੁਕਮਾਂ ਦੇ ਖਿਲਾਫ ਥਾ। ਤਾਲੂ ਮੂਸੈ ਤਿਸਾ ਮੂਰਤੀਆਂ ਜੋ ਅੱਗੇ 'ਚ ਪਾਈ ਕਰੀ ਫੂਕੀ ਦਿੱਤਾ ਕਨੇ ਤਿਸਾ ਜੋ ਪੀ ਕਰੀ ਤਿਸਾ ਦੇ ਬੁਰਾਦੇ ਜੋ ਪਾਣੀ 'ਚ ਮਿਲਾਈ ਕਰੀ ਤਿੰਨਾਂ ਲੋਕਾਂ ਜੋ ਸਹਿ ਪਾਣੀ ਪਿਆਈ ਦਿੱਤਾ। ਪਰਮਾਤਮਾ ਤਿੰਨਾਂ ਲੋਕਾਂ ਪਰ ਵੱਡੀ ਮੁਸੀਬਤ ਘੱਲੀ ਜਿਸਾ ਦੀ ਵਜ੍ਹਾ ਤੇ ਮਤੇ ਲੋਕ ਮਰੀ ਗਏ। ਤਾਲੂ ਸਹਿ ਫਿਰ ਤਿਸ ਪਹਾੜੇ ਪਰ ਚੜ੍ਹੀ ਗਿਆ ਕਨੇ ਤਿੰਨੀ ਪ੍ਰਾਰਥਨਾ ਕੀਤੀ ਕਿ ਹੇ ਪਰਮਾਤਮਾ ਇਹਨਾਂ ਲੋਕਾਂ ਦੇ ਪਾਪਾਂ ਜੋ ਮਾਫ਼ ਕਰੀ ਦੇ। ਪਰਮਾਤਮਾ ਮੂਸਾ ਦੀ ਪ੍ਰਾਰਥਨਾ ਸੁਣੀ ਕਨੇ ਤਿੰਨਾਂ ਲੋਕਾਂ ਜੋ ਮਾਫ਼ ਕਰੀ ਦਿੱਤਾ। ਤਾਲੂ ਮੂਸੈ ਜਿਹੜੀਆਂ ਪੱਟੀਆਂ ਤਿੰਨੀ ਤੋੜੀ ਦਿੱਤੀਆਂ ਥੀਆਂ ਤਿੰਨਾਂ ਸਾਈਆਂ ਤਿੰਨੀ ਨੋਈਆਂ ਪੱਟੀਆਂ ਬਣਾਈਆਂ।